ਜਿਵੇਂ ਤੁਸੀਂ ਇਸ ਦਾ ਅਰਥ ਰੱਖਦੇ ਹੋ। 4 April 2022 ਵਿਸ਼ਵਾਸ ਦਾ ਐਲਾਨ। ਮੈਂ ਐਲਾਨ ਕਰਦੀ ਹਾਂ ਕਿ ਹਰ ਚੀਜ਼ ਨੂੰ ਪੂਰਾ ਕਰਨ ਵਿੱਚ ਬਹੁਤ ਦੇਰ ਨਹੀਂ ਹੋਈ। ਪਰਮਾਤਮਾ ਨੇ ਮੇਰੇ ਦਿਲ ਵਿੱਚ ਰੱਖਿਆ ਹੈ। ਮੈਂ ਆਪਣੇ ਮੌਕੇ ਦੀ ਖਿੜਕੀ ਨੂੰ ਨਹੀਂ ਖੁੰਝਾਇਆ ਹੈ। ਰੱਬ ਦੀ ਕਿਰਪਾ ਮੇਰੇ ਜੀਵਨ ਵਿੱਚ ਹੈ। ਉਹ ਮੈਨੂੰ ਇਸ ਸਮੇਂ ਤਿਆਰ ਕਰ ਰਿਹਾ ਹੈ। ਉਸਨੇ ਆਪਣੀ ਯੋਜਨਾ ਅਤੇ ਉਦੇਸ਼ ਨੂੰ ਪੂਰਾ ਕਰਨ ਵਿੱਚ ਮੇਰੀ ਮਦਦ ਕਰਨ ਲਈ ਆਪਣੀ ਕਿਰਪਾ ਜਾਰੀ ਕੀਤੀ ਹੈ। ਇਹ ਮੇਰਾ ਸਮਾਂ ਹੈ, ਇਹ ਮੇਰਾ ਪਲ ਹੈ। ਮੈਂ ਅੱਜ ਇਸ ਨੂੰ ਪ੍ਰਾਪਤ ਕਰਦੀ ਹਾਂ। ਇਹ ਮੇਰਾ ਐਲਾਨ ਹੈ। ਦਿਮਾਗੀ ਸਿਹਤ ਸੰਬੰਧੀ ਵਿਚਾਰ। ਮੇਰੇ ਵਿੱਚ ਮਸੀਹ ਮੇਰੀ ਮਹਿਮਾ ਦੀ ਉਮੀਦ ਹੈ। ਕੋਈ ਵੀ ਬਿਮਾਰੀ, ਰੋਗ ਜਾਂ ਕਮਜ਼ੋਰੀ ਮੇਰੇ ਸਰੀਰ ਨੂੰ ਆਪਣੇ ਆਪ ਨੂੰ ਜੋੜ ਨਹੀਂ ਸਕਦੀ। ਮੇਰੀ ਜ਼ਿੰਦਗੀ ਵਿੱਚ ਸ਼ੈਤਾਨ ਲਈ ਕੋਈ ਥਾਂ ਨਹੀਂ ਹੈ, ਕਿਉਂਕਿ ਮੈਂ ਹਰ ਸਮੇਂ ਪਵਿੱਤਰ ਆਤਮਾ ਨਾਲ ਭਰਪੂਰ ਹਾਂ। ਮੈਂ ਸ਼ੈਤਾਨ ਦੀਆਂ ਚਾਲਾਂ ਅਤੇ ਧੋਖੇਬਾਜ਼ਾਂ ਦਾ ਸ਼ਿਕਾਰ ਹੋਣ ਤੋਂ ਇਨਕਾਰ ਕਰਦੀ ਹਾਂ। ਮੇਰੇ ਅੰਦਰ ਪਰਮਾਤਮਾ ਦਾ ਜੀਵਨ ਅਤੇ ਕੁਦਰਤ ਕਾਰਜਸ਼ੀਲ ਹੈ, ਜਿਸ ਨਾਲ ਮੇਰੇ ਲਈ ਕਿਸੇ ਵੀ ਬਿਮਾਰੀ ਜਾਂ ਲਾਗ ਦਾ ਸੰਕਰਮਣ ਅਸੰਭਵ ਹੈ। ਪਰਮਾਤਮਾ ਦੀ ਮਹਿਮਾ। ਆਮੀਨ। ਮੈਂ ਯੇਸ਼ੂ ਦੇ ਨਾਮ 'ਤੇ ਜੋ ਮੈਂ ਕਹਾਂਗੀ ਰੱਖਾਂਗੀ। ਮੈਂ ਮਜ਼ਬੂਤ ਹਾਂ, ਮੈਂ ਤੰਦਰੁਸਤ ਹਾਂ, ਮੈਂ ਧਨ ਹਾਂ, ਮੈਂ ਸ਼ਕਤੀਸ਼ਾਲੀ ਹਾਂ, ਮੈਨੂੰ ਨਿਯੁਕਤ ਕੀਤਾ ਗਿਆ ਹੈ, ਮੈਂ ਆਜ਼ਾਦ ਹਾਂ, ਮੈਂ ਰੱਬ ਦੀ ਪਿਆਰੀ ਹਾਂ, ਮੈਨੂੰ ਰੱਬ ਅਤੇ ਮਨੁੱਖ ਦੁਆਰਾ ਪਸੰਦ ਕੀਤਾ ਗਿਆ ਹੈ। ਮੈਂ ਉਹ ਬੋਲਦੀ ਹਾਂ ਜੋ ਮੈਂ ਵੇਖਣਾ ਚਾਹੁੰਦੀ ਹਾਂ, ਉਹ ਨਹੀਂ ਜੋ ਮੈਂ ਵੇਖਦੀ ਹਾਂ। ਮੈਂ ਕੀਮਤੀ ਬੀਜ ਹਾਂ। ਮੈਂ ਆਪਣੇ ਪਰਮਾਤਮਾ ਦੇ ਘਰ ਵਿੱਚ ਚੰਗੀ ਜ਼ਮੀਨ 'ਤੇ ਲਗਾਈ ਗਈ ਹਾਂ। ਮੈਂ ਆਪਣੇ ਪ੍ਰਭੂ ਦੇ ਦਰਬਾਰਾਂ ਵਿੱਚ ਹਥੇਲੀ ਦੇ ਰੁੱਖ ਨੂੰ ਪਸੰਦ ਕਰਦੀ ਹਾਂ। ਮੈਂ ਇਸ ਦੇ ਸੀਜ਼ਨ ਵਿੱਚ ਬਹੁਤ ਜ਼ਿਆਦਾ ਫਲ ਦਿੰਦੀ ਹਾਂ। ਮੈਂ ਰਸ ਨਾਲ ਭਰੀ ਹੋਈ ਹਾਂ ਅਤੇ ਪ੍ਰਭੂ ਵਿੱਚ ਹਰੀ ਹਾਂ, ਅਤੇ ਪੁਰਾਣੀ ਉਮਰ ਵਿੱਚ ਵੀ ਮੈਂ ਤਾਜ਼ਾ ਅਤੇ ਫਲੋਰਿਸ਼ਿੰਗ ਹੋਵਾਂਗੀ। ਜੋ ਵੀ ਮੈਂ ਯੇਸ਼ੂ ਦੇ ਨਾਮ ਵਿੱਚ ਪੇਸ਼ ਕਰਦੀ ਹਾਂ, ਚੀਜ਼ਾਂ ਹਮੇਸ਼ਾ ਯੇਸ਼ੂ ਦੇ ਨਾਮ ਵਿੱਚ ਮੇਰੇ ਲਈ ਕੰਮ ਕਰ ਰਹੀਆਂ ਹਨ। ਮੈਂ ਮਸੀਹ ਯੇਸ਼ੂ ਵਿੱਚ ਹਰੇਕ ਆਤਮਿਕ ਆਸ਼ੀਰਵਾਦ ਪ੍ਰਾਪਤ ਕਰਨ ਵਾਲੀ ਹਾਂ। ਮੈਂ ਇੱਕ ਆਤਮਾ ਹਾਂ, ਮੇਰੀ ਆਤਮਾ ਇੱਕ ਰੂਹ ਹੈ। ਮੇਰੀ ਆਤਮਾ ਅਤੇ ਮੇਰੀ ਰੂਹ ਸਰੀਰਕ ਸਰੀਰ ਵਿੱਚ ਜਿਉਂਦੀ ਹੈ। ਮੇਰੀ ਆਤਮਾ ਮੇਰੀ ਰੂਹ ਨੂੰ ਹੁਕਮ ਦਿੰਦੀ ਹੈ, ਮੇਰੀ ਰੂਹ ਸੁਣਦੀ ਹੈ, ਪ੍ਰਾਪਤ ਕਰਦੀ ਹੈ ਅਤੇ ਮੇਰੇ ਸਰੀਰ ਅਤੇ ਮੇਰੇ ਸਰੀਰ ਦੇ ਆਦੇਸ਼ਾਂ ਨੂੰ ਨਿਰਦੇਸ਼ ਦਿੰਦੀ ਹੈ। ਯੇਸ਼ੂ ਦੇ ਨਾਮ 'ਤੇ ਮੈਂ ਮੇਰੇ ਸਰੀਰ ਨਾਲ ਗੱਲ ਕਰਦੀ ਹਾਂ। ਰੱਬ ਦਾ ਵਿਨਾਸ਼ੀ ਜੀਵਨ ਮੇਰੇ ਜੀਵਨ ਵਿੱਚ ਹਮੇਸ਼ਾ ਸਪਸ਼ਟ ਅਤੇ ਪ੍ਰਗਟ ਹੁੰਦਾ ਹੈ। ਮੈਂ ਆਪਣੇ ਸਰੀਰ ਦੇ ਹਰ ਵੇਰਵੇ ਲਈ ਜੀਵਨ ਦੀ ਗੱਲ ਕਰਦੀ ਹਾਂ। ਮੈਂ ਆਪਣੇ ਦਿਮਾਗ ਨਾਲ ਗੱਲ ਕਰਦੀ ਹਾਂ ਦੀ ਕ੍ਰਾਈਸਟ ਦੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਣੋ, ਅਤੇ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਦੁਆਰਾ ਇੱਕ ਸਾਰ ਹੋਣ ਦਾ ਆਦੇਸ਼ ਦਿੰਦੀ ਹਾਂ। ਮੈਂ ਆਪਣੇ ਨਸਾਂ ਨਾਲ ਜੀਵਨ ਬੋਲਦੀ ਹਾਂ। ਮੈਂ ਆਪਣੀਆਂ ਮਾਸਪੇਸ਼ੀਆਂ ਅਤੇ ਲਿਗਾਮੈਂਟਸ ਨਾਲ ਤਾਕਤ ਬੋਲਦੀ ਹਾਂ। ਮੈਂ ਆਪਣੇ ਦਿਲ ਨਾਲ ਜੀਵਨ ਸ਼ਕਤੀ ਬੋਲਦੀ ਹਾਂ। ਮੈਂ ਆਪਣੇ ਫੇਫੜਿਆਂ ਅਤੇ ਟੀਸ਼ੂਆਂ ਨਾਲ ਆਮ ਹਵਾਦਾਰੀ ਅਤੇ ਪਰਫਿਊਜ਼ਨ ਅਨੁਪਾਤ ਬਣਾਈ ਰੱਖਣ ਲਈ ਗੱਲ ਕਰਦੀ ਹਾਂ। ਮੈਂ ਆਪਣੇ ਗੁਰਦਿਆਂ, ਜਿਗਰ ਅਤੇ ਪਾਚਕ ਰੋਗਾਂ ਲਈ ਸੰਪੂਰਨਤਾ ਬੋਲਦੀ ਹਾਂ। ਮੇਰੇ ਖੂਨ ਦੇ ਹਰ ਸੈੱਲ ਵਿੱਚ ਜੀਵਨ ਹੈ। ਮੇਰੀਆਂ ਹੱਡੀਆਂ, ਜੋੜਾਂ ਅਤੇ ਉਪਾਸਥਿਤੀ ਇਕਸਾਰ ਅਤੇ ਮਜ਼ਬੂਤ ਹਨ। ਮੇਰੀਆਂ ਉਂਗਲਾਂ ਵਧੀਆ ਢੰਗ ਨਾਲ ਕੰਮ ਕਰਦੀਆਂ ਹਨ। ਮੇਰੀਆਂ ਅੱਖਾਂ ਸਪਸ਼ਟ ਰੂਪ ਵਿੱਚ ਵੇਖਦੀਆਂ ਹਨ ਅਤੇ ਮੇਰੇ ਕੰਨ ਵਧੀਆ ਢੰਗ ਨਾਲ ਕੰਮ ਕਰਦੇ ਹਨ। ਮੇਰੀ ਚਮੜੀ ਇੱਕ ਨਵਜੰਮੇ ਬੱਚੇ ਅਤੇ ਰੱਬ ਦੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਿਹਤਮੰਦ ਹੈ। ਮੇਰੇ ਵਾਲਾਂ ਦੇ ਰੋਮ ਕੱਸ ਗਏ ਹਨ। ਮੇਰੇ ਦੰਦ, ਮਸੂੜੇ, ਜਬਾੜੇ ਦੀਆਂ ਹੱਡੀਆਂ ਅਤੇ ਨਸਾਂ ਅਤੇ ਖੂਨ ਦੀ ਸਪਲਾਈ ਸਾਰੇ ਸਿਹਤਮੰਦ, ਮਜ਼ਬੂਤ ਅਤੇ ਸੰਪੂਰਨ ਹਨ। ਮੇਰੇ ਸਾਰੇ ਹਾਰਮੋਨਸ ਅਤੇ ਨਿਊਰੋਕੈਮੀਕਲ ਟ੍ਰਾਂਸਮੀਟਰ ਇੱਕ ਦੂਜੇ ਨਾਲ ਸੰਪੂਰਨ ਤਾਲਮੇਲ ਵਿੱਚ ਹਨ ਅਤੇ ਆਪਣੇ ਕੰਮਾਂ ਨੂੰ ਆਮ ਤੌਰ 'ਤੇ ਚਲਾਉਂਦੇ ਹਨ। ਮੇਰੀ ਪਾਚਨ ਪ੍ਰਣਾਲੀ ਸਾਰੇ ਖਾਦ ਪਦਾਰਥਾਂ ਨੂੰ ਹਜ਼ਮ ਕਰਨ, ਸੋਖਣ ਅਤੇ ਗ੍ਰਹਿਣ ਕਰਨ ਦੇ ਯੋਗ ਹੈ ਅਤੇ ਪਾਚਕ ਰਹਿੰਦ-ਖੂੰਹਦ ਉਤਪਾਦ ਨਿਯਮਿਤ ਤੌਰ 'ਤੇ ਬਾਹਰ ਕੱਢੇ ਜਾਂਦੇ ਹਨ। ਮੇਰੀ ਪ੍ਰਜਨਨ ਪ੍ਰਣਾਲੀ ਲੋੜੀਂਦੀ ਮਾਤਰਾ ਅਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਣੂਆਂ ਦਾ ਉਤਪਾਦਨ ਅਤੇ ਜਮ੍ਹਾਂ ਕਰ ਰਹੀ ਹੈ। ਮੇਰੀ ਪ੍ਰਜਨਨ ਪ੍ਰਣਾਲੀ ਸਮੇਂ ਸਿਰ ਅੰਡੇ ਦੇ ਸੈੱਲਾਂ ਦਾ ਉਤਪਾਦਨ ਕਰ ਰਹੀ ਹੈ। ਗਰਭਸਥ ਸ਼ਿਸ਼ੂ ਨੂੰ ਜਨਮ ਤੱਕ ਬਚਾਉਂਦੀ ਅਤੇ ਪੋਸ਼ਣ ਦਿੰਦੀ ਹੈ। ਹਰ ਰੰਗ ਮੇਰੇ ਸਰੀਰ ਦਾ ਹਰ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ, ਜਿਸ ਦੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ, ਅਤੇ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਾੜ ਨੂੰ ਵਰਜਿਤ ਕਰਦੀ ਹਾਂ। ਮੇਰਾ ਸਾਰਾ ਮਨੁੱਖੀ ਸਰੀਰ ਅਤੇ ਵਿਗਿਆਨ ਮਸੀਹ ਯੇਸ਼ੂ ਵਿੱਚ ਸੰਪੂਰਨ ਹੈ। ਹਾਲੇਲੂਇਆ, ਆਮੀਨ। ਪਿਤਾ ਪਿਤਾ ਮੈਨੂੰ ਪਿਆਰ ਕਰਦਾ ਹੈ, ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। ਰੱਬ ਦਾ ਪੁੱਤਰ ਮੈਨੂੰ ਪਿਆਰ ਕਰਦਾ ਹੈ, ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। ਪਰਮਾਤਮਾ ਮੈਨੂੰ ਪਿਆਰ ਕਰਦਾ ਹੈ, ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। ਸ਼ਲੋਮ।